ਕੱਲ ਸਾਡਾ ਜਿਹੜਾ ਹੈਗਾ ਪੋਲਿੰਗ ਦਾ ਦਿਨ ਹੈ ਤੇ ਅੱਜ ਅਸੀਂ P-1 ਡੇ ਤੇ ਪਾਰਟੀ ਸਾਰੀਆਂ ਸਾਡੀ ਡਿਸਪੈਚ ਹੋ ਗਈਆਂ ਨੇ। ਅੱਜ ਦਾ ਦਿਨ ਇੱਕ ਬਹੁਤ ਵੱਡਾ ਦਿਨ ਹੁੰਦਾ ਹੈ ਜਿਸ ਦਿਨ ਅਸੀਂ ਤਕਰੀਬਨ 20,000 ਤੋਂ ਪਲੱਸ ਮੁਲਾਜ਼ਮ ਨੂੰ ਅਸੀਂ ਡਿਸਪੈਚ ਕਰਾਂਗੇ ਆਪਣੀ ਆਪਣੀ ਲੋਕੇਸ਼ਨ 'ਤੇ। ਸਾਡੇ ਸਾਰੇ ਬੂਥਾਂ ਦੇ ਉੱਤੇ ਆਸ਼ਾ ਵਰਕਰਸ ਵੀ ਅਸੀਂ ਬਿਠਾਏ ਨੇ ਕਿਉਂਕਿ ਇਸ ਟਾਈਮ ਹੀਟ ਵੇਵ ਦਾ ਬੜਾ ਪ੍ਰਕੋਪ ਹੈ ਅਤੇ ਹੀਟ ਵੇਵ ਕਰਕੇ ਅਸੀਂ ਹਰੇਕ ਬੂਥ 'ਤੇ ਇਨਸ਼ੋਰ ਕੀਤਾ ਵੀ ਆਸ਼ਾ ਵਰਕਰ ORS ਗੋਲ ਵਗੈਰਾ ਲੈ ਕੇ ਉੱਥੇ ਸਟੇਸ਼ਨ ਰਹਿਣ ਫਸਟ ਏਡ ਕਿੱਟ ਦੇ ਨਾਲ, ਅਤੇ ਉਹਨਾਂ ਦੇ ਉੱਤੇ ਸੁਪਰਵਾਈਜ਼ਰੀ ਡਾਕਟਰਸ ਦੀ ਵੀ ਡਿਊਟੀ ਲਗਾਈ ਹੈ। ਅਤੇ ਜਿੱਥੇ ਜਿੱਥੇ ਵੀ ਸਾਡੇ ਕੋਲ ਕੋਈ ਸ਼ੇਡ ਦਾ ਪ੍ਰਬੰਧ ਨਹੀਂ ਹੈ, ਹੀਟ ਵੇਵ ਕਾਫੀ ਹੈ, ਤੇ ਅਸੀਂ ਇਨਸ਼ੋਰ ਕਰਾ ਰਹੇ ਹਾਂ ਵੀ ਉੱਥੇ ਸਾਡੇ ਟੈਂਟ ਲੱਗੇ ਹੋਣ ਤਾਂ ਕਿ ਐਟਲੀਸਟ ਟੈਂਟ ਦੇ ਉੱਤੇ ਅੰਡਰ ਸ਼ੇਡ ਦਾ ਜ਼ਰੂਰ ਪ੍ਰਬੰਧ ਹੋਵੇ ਹਰੇਕ ਬੂਥ ਦੇ ਉੱਤੇ। ਸੋ ਹੁਣ ਦੇਖ ਰਹੇ ਹੋ ਤੁਸੀਂ ਵੀ ਲੋਕ ਸਭਾ ਇਲੈਕਸ਼ਨ ਦੇ ਅਸੀਂ ਅਜੇ ਫਾਈਨਲ ਫੇਜ਼ ਦੇ ਵਿੱਚ ਆ ਗਏ ਹਾਂ। ਕੱਲ੍ਹ ਸਾਡਾ ਜਿਹੜਾ ਹੈਗਾ ਪੋਲਿੰਗ ਦਾ ਦਿਨ ਹੈ ਅਤੇ ਅੱਜ ਅਸੀਂ P-1 ਡੇ 'ਤੇ ਪਾਰਟੀ ਸਾਰੀਆਂ ਸਾਡੀ ਡਿਸਪੈਚ ਹੋ ਗਈਆਂ ਨੇ। ਅੱਜ ਦਾ ਦਿਨ ਇੱਕ ਬਹੁਤ ਵੱਡਾ ਦਿਨ ਹੁੰਦਾ ਹੈ ਜਿਸ ਦਿਨ ਅਸੀਂ ਤਕਰੀਬਨ 20,000 ਤੋਂ ਪਲੱਸ ਮੁਲਾਜ਼ਮ ਨੂੰ ਅਸੀਂ ਡਿਸਪੈਚ ਕਰਾਂਗੇ ਆਪਣੀ ਆਪਣੀ ਲੋਕੇਸ਼ਨ 'ਤੇ। ਅਤੇ ਸਾਡੇ ਜ਼ਿਲ੍ਹੇ ਦੇ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਟੋਟਲ 2134 ਬੂਥ ਨੇ ਐਂਡ ਜਿਹੜੇ ਬੂਥਾਂ ਦੀ ਲੋਕੇਸ਼ਨ ਆ ਉਹ 1121 ਲੋਕੇਸ਼ਨ 'ਤੇ, ਇਹ 2134 ਟੋਟਲ ਬੂਥ ਨੇ ਜਿਹਦੇ ਵਿੱਚੋਂ ਲਗਭਗ ਜਿਹੜੇ ਹੈਗੇ 1700 ਬੂਥ ਉਹ ਅੰਮ੍ਰਿਤਸਰ ਪਾਰਲੀਮੈਂਟਰੀ ਕੋਨਸਟੀਟੂਐਂਸੀ ਦੇ ਨੇ, ਅਤੇ ਜਿਹੜਾ ਸਾਡਾ ਜੰਡਿਆਲਾ ਅਤੇ ਬਾਬਾ ਬਕਾਲਾ ਦਾ ਜਿਹੜਾ ਅਸੈਂਬਲੀ ਸੈਗਮੈਂਟ ਹੈ ਉਹ ਖਡੂਰ ਸਾਹਿਬ ਪਾਰਲੀਮੈਂਟਰੀ ਕੋਨਸਟੀਟੂਐਂਸੀ ਦਾ ਹਿੱਸਾ ਹੈ। ਬਟ ਇਹਨਾਂ ਦੇ ਵਿੱਚ ਸਟਾਫ ਦੇਣਾ, ਸਾਰਾ ਡਿਪਲੋਇਮੈਂਟ ਕਰਨਾ ਉਹ ਬਤੌਰ ਡਿਸਟ੍ਰਿਕਟ ਮੈਜਿਸਟ੍ਰੇਟ ਸਾਨੂੰ ਹੀ ਕਰਨਾ ਪੈਂਦਾ। ਸੋ ਇਹ ਅੱਜ ਸਾਰੀ ਪਾਰਟੀਆਂ ਡਿਸਪੈਚ ਹੋ ਰਹੀਆਂ ਨੇ ਅਤੇ ਤਕਰੀਬਨ ਮੈਂ ਸਮਝਦਾ 10,000 ਦੇ ਆਸ ਪਾਸ ਤਾਂ ਸਾਡੇ ਜਿਹੜੇ ਮੁਲਾਜ਼ਮ ਹੈ ਉਹ ਚੋਣ ਡਿਊਟੀ ਬਤੌਰ ਪੋਲਿੰਗ ਸਟਾਫ, ਬਤੌਰ ਪ੍ਰੀਸਾਈਡਿੰਗ ਆਫਿਸਰ, ਅਸਿਸਟੈਂਟ ਪ੍ਰੀਸਾਈਡਿੰਗ ਆਫਿਸਰ ਹੀ ਦੇਣਗੇ। ਉਸ ਤੋਂ ਇਲਾਵਾ ਵੀ ਤਕਰੀਬਨ 10,000 ਲੋਕ ਹੋਰ ਵੀ ਅੰਡਰ ਵੇਰੀਅਸ ਕਪੈਸਿਟੀ BLO ਹੋ ਗਏ ਤੁਹਾਡੇ, 2,000 ਤੋਂ ਉੱਤੇ BLO ਹੋ ਗਏ, ਮਾਈਕਰੋ ਓਬਜ਼ਰਵਰ ਹੋ ਗਏ, ਜਿੰਨੇ ਤੁਹਾਡੇ ਹੁਣ ਸੀਨੀਅਰ ਸਿਟੀਜ਼ਨ ਨੇ ਅਤੇ PWD ਇਲੈਕਟਰਸ ਨੇ ਉਹਨਾਂ ਨੂੰ ਅਸਿਸਟ ਕਰਨ ਲਈ ਅਸੀਂ ਵੋਲੰਟੀਅਰਸ ਵੀ ਰੱਖੇ ਹੈ ਹਰੇਕ ਬੂਥ ਲੋਕੇਸ਼ਨ ਦੇ ਉੱਤੇ, ਵੀਲਚੇਅਰਸ ਲੈ ਕੇ ਤਾਂ ਕਿ ਉਹਨਾਂ ਨੂੰ ਅਸਿਸਟ ਕਰ ਸਕਣ, ਉਹ ਵੀ ਇੱਕ ਬੜਾ ਅਮਲਾ ਹੁੰਦਾ ਹੈ। ਸਾਡੇ ਸਾਰੇ ਬੂਥਾਂ ਦੇ ਉੱਤੇ ਆਸ਼ਾ ਵਰਕਰਸ ਵੀ ਅਸੀਂ ਬਿਠਾਏ ਨੇ ਕਿਉਂਕਿ ਇਸ ਟਾਈਮ ਹੀਟ ਵੇਵ ਦਾ ਬੜਾ ਪ੍ਰਕੋਪ ਹੈ ਅਤੇ ਹੀਟ ਵੇਵ ਕਰਕੇ ਅਸੀਂ ਹਰੇਕ ਬੂਥ 'ਤੇ ਇਨਸ਼ੋਰ ਕੀਤਾ ਵੀ ਆਸ਼ਾ ਵਰਕਰ ORS ਗੋਲ ਵਗੈਰਾ ਲੈ ਕੇ ਉੱਥੇ ਸਟੇਸ਼ਨ ਰਹਿਣ ਫਸਟ ਏਡ ਕਿੱਟ ਦੇ ਨਾਲ, ਅਤੇ ਉਹਨਾਂ ਦੇ ਉੱਤੇ ਸੁਪਰਵਾਈਜ਼ਰੀ ਡਾਕਟਰਸ ਦੀ ਵੀ ਡਿਊਟੀ ਲਗਾਈਏ ਤਾਂ ਕਿ ਅਗਰ ਕੋਈ ਜ਼ਿਆਦਾ ਸੀਰੀਅਸ ਹੋ ਜਾਂਦਾ ਕਿਤੇ ਡ੍ਰਿਪ ਲਗਾਉਣੀ ਪੈ ਜਾਵੇ ਤਾਂ ਉਹ ਵੀ ਸਾਡੇ ਪੁਖਤਾ ਪ੍ਰਬੰਧ ਨੇ। ਐਂਡ ਹਰੇਕ ਬੂਥ ਦੇ ਉੱਤੇ ਅਸੀਂ ਇਨਸ਼ੋਰ ਕਰਾ ਰਹੇ ਹਾਂ ਵੀ ਸ਼ੇਡ ਦਾ, ਪੀਣ ਵਾਲੇ ਪਾਣੀ ਦਾ, ਰੈਂਪ ਵਗੈਰਾ ਦਾ, ਸਾਰੀ ਬੇਸਿਕ ਫੈਸਿਲਿਟੀਜ਼ ਉਪਲਬਧ ਹੋਣ। ਉੱਥੇ ਵੀ ਹਦਾਇਤ ਦਿੱਤੀਆਂ ਨੇ ਵੀ ਸਾਡੇ ਸੀਨੀਅਰ ਸਿਟੀਜ਼ਨ, ਦਿਵਿਆਂਗ ਵੋਟਰਸ ਨੂੰ ਸਪੈਸ਼ਲ ਅਸਿਸਟੈਂਸ ਦੇ ਨਾਲ ਪ੍ਰਾਇਰਟੀ ਦੇ ਉੱਤੇ ਵੋਟਿੰਗ ਕਰਾਈ ਜਾਵੇ, ਅਤੇ ਜਿੱਥੇ ਜਿੱਥੇ ਵੀ ਸਾਡੇ ਕੋਲ ਕੋਈ ਸ਼ੇਡ ਦਾ ਪ੍ਰਬੰਧ ਨਹੀਂ ਹੈ ਤਾਂ ਹੀਟ ਵੇਵ ਕਾਫੀ ਹੈ, ਅਤੇ ਅਸੀਂ ਇਨਸ਼ੋਰ ਕਰਾ ਰਹੇ ਹਾਂ ਵੀ ਉੱਥੇ ਸਾਡੇ ਟੈਂਟ ਲੱਗੇ ਹੋਣ ਤਾਂ ਕਿ ਐਟਲੀਸਟ ਟੈਂਟ ਦੇ ਉੱਤੇ ਅੰਡਰ ਸ਼ੇਡ ਦਾ ਜ਼ਰੂਰ ਪ੍ਰਬੰਧ ਹੋਵੇ ਹਰੇਕ ਬੂਥ ਦੇ ਉੱਤੇ। ਅਤੇ ਇਸ ਤੋਂ ਇਲਾਵਾ ਅਸੀਂ ਦੇਖ ਰਹੇ ਹਾਂ ਕਿ ਜ਼ਿਲ੍ਹੇ ਦੇ ਵਿੱਚ ਜਿਹੜੇ ਹੈਗੀ ਖਾਸ ਕਰ ਕਾਨੂੰਨ ਦੀ ਵਿਵਸਥਾ, ਲਾਅ ਐਂਡ ਆਰਡਰ ਨੂੰ ਦੇਖਦੇ ਹੋਏ ਸਭ ਤੋਂ ਵੱਡਾ ਅਸੀਂ ਪੂਰੇ ਪੰਜਾਬ ਦੇ ਵਿੱਚ ਵੈਬਕਾਸਟਿੰਗ ਕੰਟਰੋਲ ਰੂਮ ਬਣਾਇਆ ਹੈ ਇੱਥੇ ਅੰਮ੍ਰਿਤਸਰ ਦੇ ਵਿੱਚ, ਕਿਉਂਕਿ ਸਾਡੇ 2134 ਦੇ 2134 ਬੂਥਾਂ ਦੇ ਉੱਤੇ ਵੈਬਕਾਸਟਿੰਗ ਦੇ ਨਾਲ ਕੈਮਰੇ ਅੰਦਰ ਲੱਗੇ ਹੋਏ, ਕੈਮਰੇ ਦੀ ਫੀਡ ਸਾਡੇ ਕੋਲ ਆਏਗੀ, ਅਤੇ ਹੁਣ 2134 ਕੈਮਰੇ ਇਸ ਨੂੰ ਮੋਨੀਟਰ ਕਰਨ ਲਈ ਸਾਨੂੰ ਇੱਕ ਵੱਡੀ ਟੀਮ ਚਾਹੀਦੀ ਹੈ, ਅਤੇ ਅਸੀਂ 200 ਵੋਲੰਟੀਅਰਸ ਵੱਖ ਵੱਖ ਕਾਲਜਸ ਤੋਂ ਉਹਨਾਂ ਦੇ ਲੈਪਟਾਪ, ਉਹਨਾਂ ਦੇ PC ਦਾ ਸੈਟਅਪ ਕੀਤਾ ਵੈਬਕਾਸਟਿੰਗ ਕੰਟਰੋਲ ਰੂਮ ਦੇ ਵਿੱਚ, ਜਿੱਥੋਂ ਅਸੀਂ ਬੜੀ ਪੈਨੀ ਨਜ਼ਰ ਰੱਖਾਂਗੇ ਸਾਰੇ ਬੂਥ ਦੇ ਉੱਤੇ। ਕੋਈ ਵੀ ਜੇਕਰ ਕੋਈ ਹਰਕਤ ਹੋਏਗੀ ਕਿਸੇ ਬੂਥ ਦੇ ਵਿੱਚ ਉਹਦੀ ਰਿਕਾਰਡਿੰਗ ਕੀਤੀ ਜਾਵੇਗੀ ਅਤੇ ਉਹਨੂੰ ਅਸੀਂ ਯੂਜ਼ ਕਰਾਂਗੇ ਫੋਰ ਲੋਜਿੰਗ ਆਫ FIR ਜੇਕਰ ਕੁਛ ਇਸ ਤਰੀਕੇ ਦੀ ਘਟਨਾ ਸਾਡੇ
ਨੋਟਿਸ ਦੇ ਵਿੱਚ ਆਉਂਦੀ ਹੈ। ਸੋ ਵੈਬਕਾਸਟਿੰਗ ਦੇ ਉੱਤੇ ਬੜੀ ਹੈ ਸਾਡੇ ਕੋਲ ਜਿਹੜੀ ਹੈ ਪੁਲਿਸ ਦੀ ਸਾਰੀ ਪੈਟਰੋਲਿੰਗ ਪਾਰਟੀ ਸਾਡੇ ਸੈਕਟਰ ਮੈਜਿਸਟਰੇਟ ਦੇ ਨਾਲ ਲਿੰਕ ਆ ਗਏ। ਸੋ ਹਰੇਕ 10-15 ਬੂਥ ਦੇ ਉੱਤੇ ਪੁਲਿਸ ਦੀ ਪੈਟਰੋਲਿੰਗ ਪਾਰਟੀ ਰਹੇਗੀ। ਉਸ ਤੋਂ ਇਲਾਵਾ ਜਿਹੜਾ ਸੈਕਿੰਡ ਰਿਸਪੋਂਡਰ SHO ਲੈਵਲ 'ਤੇ, ਥਰਡ ਰਿਸਪੋਂਡਰ DSP ਲੈਵਲ 'ਤੇ, ਐਂਡ ਇਨਫੈਕਟ ਰਿਜ਼ਰਵ ਵੀ ਜਿਹੜੀ ਹੈ ਸਾਡੇ ਕੋਲ ਤਕਰੀਬਨ 25 ਪੈਰਾਮਿਲਟਰੀ ਫੋਰਸ ਦੀ ਕੰਪਨੀ ਆਈਆਂ ਨੇ, ਜਿਸ 'ਚੋਂ 13 ਰੂਰਲ ਏਰੀਆ ਦੇ ਵਿੱਚ ਨੇ ਐਂਡ 12 ਪੈਰਾਮਿਲਟਰੀ ਫੋਰਸ ਦੀ ਕੰਪਨੀ ਸਾਡੀ ਕਮਿਸ਼ਨਰੇਟ ਏਰੀਆ ਦੇ ਵਿੱਚ ਮੁਸਤੈਦ ਰਹਿਣਗੀਆਂ, ਤਾਂ ਕਿ ਕੋਈ ਵੀ ਲੋਅ ਐਂਡ ਆਰਡਰ ਦੀ ਸਿਚੁਏਸ਼ਨ ਨੂੰ ਅਸੀਂ ਪ੍ਰੋਂਪਟਲੀ ਡੀਲ ਕਰ ਸਕੀਏ। ਇਸ ਤੋਂ ਇਲਾਵਾ ਅਸੀਂ ਕਾਫੀ ਮਾਡਲ ਪੋਲਿੰਗ ਸਟੇਸ਼ਨ ਵੀ ਬਣਾ ਰਹੇ ਹਾਂ। ਹਰੇਕ ਅਸੈਂਬਲੀ ਕੋਨਸਟੀਟੂਐਂਸੀ ਦੇ ਵਿੱਚ 10-10 ਪੋਲਿੰਗ ਸਟੇਸ਼ਨ ਬਣ ਰਹੇ ਨੇ। ਸੋ 110 ਮਾਡਲ ਪੋਲਿੰਗ ਸਟੇਸ਼ਨ ਆਪਾਂ ਬਣਾ ਰਹੇ ਹਾਂ, ਜਿੱਥੇ ਗੁਬਾਰਿਆਂ ਨਾਲ ਹੋਰ ਜਿਹੜਾ ਹੈਗਾ ਉਹਨਾਂ ਦੇ ਬਿਊਟੀਫਿਕੇਸ਼ਨ ਦੇ ਅਰੇਂਜਮੈਂਟ ਕੀਤੇ ਨੇ। ਇੱਕ ਅਸੀਂ ਸੁਪਰ ਮਾਡਲ ਪੋਲਿੰਗ ਸਟੇਸ਼ਨ ਬਣਾ ਰਹੇ ਹਾਂ SL ਭਵਨ ਸਕੂਲ ਦੇ ਵਿੱਚ, ਅੰਮ੍ਰਿਤਸਰ ਦੇ ਵਿੱਚ, ਜਿੱਥੇ ਤਾਂ ਨੈਕਸਟ ਲੈਵਲ ਦੇ ਅਰੇਂਜਮੈਂਟ ਹੋਣਗੇ ਵੀ ਸਾਰੇ ਵੋਟਰਸ ਨੂੰ ਅਸੀਂ ਉੱਥੇ ਰਿਫਰੈਸ਼ਮੈਂਟ ਦੇਵਾਂਗੇ, ਵੇਰਕਾ ਦੀ ਲੱਸੀ ਪਿਲਾਵਾਂਗੇ, ਢੋਲੀ ਨਾਲ ਸਵਾਗਤ ਕਰਾਂਗੇ। ਸੋ ਐਂਡ ਉਸ ਤੋਂ ਬਾਅਦ ਜਿਹੜਾ ਹੈ ਨੇਲ ਆਰਟ ਕੀਤੀ ਜਾਏਗੀ, ਕਈ ਤਾਂ ਬੁੱਕ ਸਟੋਰ ਵੀ ਬਣੀ ਜਾਵੇਗੀ, ਕੁਛ ਵਿਜ਼ਿਟਰਸ ਨੂੰ ਅਸੀਂ ਕੰਪਲੀਮੈਂਟਰੀ ਬੁੱਕਸ ਵੀ ਦੇਵਾਂਗੇ। ਸੋ ਇਸ ਟਾਈਪ ਦੇ ਸਾਰੇ ਅਸੀਂ ਕਰ ਰਹੇ ਹਾਂ ਤਾਂ ਕਿ ਅਸੀਂ ਪੋਲ ਪਰਸੈਂਟੇਜ ਵਧਾ ਸਕੀਏ ਐਂਡ ਇੱਕ ਫੈਸਟਿਵ ਮਾਹੌਲ ਬਣਾਈਏ। ਸੋ ਇਹ ਸਾਰੇ ਜਿਹੜੇ ਹੈਗੇ ਬਰੋਡਲੀ ਸਾਡੇ ਪ੍ਰਬੰਧ ਨੇ ਐਂਡ ਮੈਂ ਸਾਰੇ ਵੋਟਰਸ ਨੂੰ ਅਪੀਲ ਕਰਦਾ ਬਤੌਰ ਡਿਸਟ੍ਰਿਕਟ ਮੈਜਿਸਟਰੇਟ ਕਿ ਆਪਾਂ ਪਿਛਲੀ ਵਾਰ ਸਾਡਾ ਲੋਕ ਸਭਾ ਦੇ ਵਿੱਚ ਪੋਲ ਪਰਸੈਂਟੇਜ ਸਾਡੀ 57% ਸੀਗੀ, ਇਸ ਵਾਰ ਮੈਂ ਆਸ ਰੱਖਦਾ ਅਸੀਂ ਇਸ ਵਾਰ 70 ਪਾਰ ਦਾ ਜਿਹੜਾ ਸਾਡਾ CO ਆਫਿਸ ਵੱਲੋਂ ਸਾਨੂੰ ਟੀਚਾ ਦਿੱਤਾ ਹੋਇਆ ਉਹ ਕਰੀਏ। ਮੈਂ ਆਪਣੀ ਵੋਟ ਵੀ ਜਲੰਧਰ ਤੋਂ ਅੰਮ੍ਰਿਤਸਰ ਸ਼ਿਫਟ ਕਰਾ ਲਈ ਐਂਡ ਸਵੇਰੇ 7 ਵਜੇ ਮੈਂ ਅਤੇ ਆਪਣੇ ਪਰਿਵਾਰ ਦੇ ਨਾਲ ਉੱਥੇ ਬੂਥ 'ਤੇ ਹੀ ਹੋਵਾਂਗਾ ਐਂਡ ਵੋਟ ਪਾਉਣ ਲਈ। ਸੋ ਮੈਂ ਸਾਰੇ ਅੰਮ੍ਰਿਤਸਰ ਨਿਵਾਸੀਆਂ ਨੂੰ ਵੀ ਅਪੀਲ ਕਰਾਂਗਾ ਵੀ ਤੁਸੀਂ ਵੀ ਆ ਕੇ ਵੋਟ ਪਾਈਏ ਐਂਡ ਕਿਉਂਕਿ ਜਿਹੜਾ ਇਹ ਡਿਸੀਜਨ ਹੈ ਇਹ ਸਾਨੂੰ 5 ਸਾਲ ਇੰਪੈਕਟ ਕਰਦਾ, 1 ਦਿਨ ਦਾ ਡਿਸੀਜਨ, ਅਤੇ ਇਸ ਨੂੰ ਆਪਾਂ ਜ਼ਰੂਰ ਇਹਨੂੰ ਛੁੱਟੀ ਦਾ ਦਿਨ ਨਾ ਸਮਝ ਕੇ ਆਪਾਂ ਇੱਕ ਜ਼ਿੰਮੇਵਾਰੀ ਦਾ ਦਿਨ ਸਮਝੀਏ ਐਂਡ ਸਾਰੇ ਵੋਟ ਪਾਈਏ। ਕੈਂਡੀਡੇਟਸ ਵੱਲੋਂ ਜਿਹੜਾ ਸਰ ਵੋਟਰਾਂ ਨੂੰ ਲੁਭਾਉਣ ਦਾ ਕੀਤਾ ਜਾਂਦਾ ਉਹਨਾਂ ਵਾਸਤੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ? ਸੋ ਕੈਂਡੀਡੇਟਸ ਦੇ ਵਿੱਚ ਮੈਂ ਦੱਸ ਰਿਹਾ ਸੀਗਾ ਕਿ ਸਾਡੀ ਜਿਹੜੀ ਫਲਾਇੰਗ ਸਕੁਆਡ ਟੀਮਾਂ ਨੇ ਐਂਡ ਸਟੈਟਿਕ ਸਰਵੇਲੈਂਸ ਟੀਮਾਂ ਨੇ ਇਹ ਹਾਲੇ ਵੀ ਅੱਜ ਵੀ ਰਾਤ ਨੂੰ ਵੀ ਓਪਰੇਸ਼ਨਲ ਰਹਿਣਗੀਆਂ ਐਂਡ ਕੱਲ੍ਹ ਵੀ ਪੂਰੇ ਦਿਨ ਓਪਰੇਸ਼ਨਲ ਰਹਿਣਗੀਆਂ ਤਾਂ ਕਿ ਕੋਈ ਵੀ ਸ਼ਿਕਾਇਤ ਆਉਂਦੀ ਹੈ ਤਾਂ ਇਮੀਡੀਏਟਲੀ ਰਿਸਪੋਂਡ ਕਰਨ ਐਂਡ ਸਾਰੇ ਫਲਾਇੰਗ ਸਕੁਆਡ ਦੇ ਉੱਤੇ ਕੈਮਰੇ ਲੱਗੇ ਹੋਏ ਨੇ ਜਿਨ੍ਹਾਂ ਦੀ ਵਿਜ਼ਿਬਿਲਿਟੀ ਰਿਕਾਰਡਿੰਗ ਇੱਥੇ ਵੀ ਹੁੰਦੀ ਹੈ, CO ਆਫਿਸ ਵੀ ਹੁੰਦੀ ਹੈ, ਤਾਂ ਕਿ ਕੋਈ ਵੀ ਜੇਕਰ ਇਸ ਟਾਈਪ ਦਾ ਆਏਗਾ ਤਾਂ ਉਹਦੀ ਪ੍ਰੋਪਰ ਰਿਕਾਰਡਿੰਗ ਕਰਕੇ ਇਮੀਡੀਏਟ FIR ਐਕਸ਼ਨ ਲਿੱਤਾ ਜਾਏਗਾ। ਅੱਜ ਪੂਰੇ ਰਾਤ ਗਸ਼ਤ ਕਰੇਗੀ ਫਲਾਇੰਗ ਸਕੁਆਡ ਐਂਡ ਇਹ ਫਲਾਇੰਗ ਸਕੁਆਡ ਦੀ ਜਿਹੜੀ ਡਿਊਟੀ 24 ਘੰਟੇ ਦੀ ਹੁੰਦੀ ਹੈ ਤਾਂ 3 ਸ਼ਿਫਟਾਂ ਦੇ ਵਿੱਚ 8-8 ਘੰਟੇ ਦੀ ਸ਼ਿਫਟਾਂ ਦੇ ਵਿੱਚ 3-3 ਟੀਮਾਂ ਹਰੇਕ ਅਸੈਂਬਲੀ ਕੋਨਸਟੀਟੂਐਂਸੀ ਦੇ ਵਿੱਚ ਅਤੇ ਕਿਸੇ ਵੀ ਵਕਤ 33 ਫਲਾਇੰਗ ਸਕੁਆਡ ਟੀਮਾਂ ਜ਼ਿਲ੍ਹੇ ਦੇ ਵਿੱਚ ਮੁਸਤੈਦ ਰਹਿੰਦੀਆਂ ਨੇ ਐਂਡ ਇਹ 24 ਘੰਟੇ ਦੇ ਵਿੱਚ ਰਾਤ ਨੂੰ 2 ਵਜੇ ਵੀ 33 ਟੀਮਾਂ ਓਪਰੇਸ਼ਨਲ ਰਹਿੰਦੀਆਂ ਨੇ ਤਾਂ ਕਿ ਕੋਈ ਵੀ ਇਸ ਟਾਈਪ ਦੀ ਕੋਈ ਪੈਸੇ ਵੰਡਣ ਦੀ, ਲਿਕਰ ਵੰਡਣ ਦੀ ਸ਼ਿਕਾਇਤ ਜੇਕਰ ਆਉਂਦੀ ਹੈ ਤਾਂ ਇਮੀਡੀਏਟਲੀ ਰਿਸਪੋਂਡ ਕੀਤਾ ਜਾਊਗਾ ਐਂਡ FIR ਦਰਜ ਕੀਤੀ ਜਾਏਗੀ।